ਸੋ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸੰਦੀਪ ਚੌਧਰੀ। ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ। ਅੱਜ ਰਾਜਪੁਰਾ ਪ੍ਰੈਸ ਕਲੱਬ ਵੱਲੋਂ ਸ਼ਹੀਦ ਪੋਲਾ ਰਾਮ ਮਾਸੂਮ ਦੀ ਯਾਦ ਦੇ ਵਿੱਚ 18ਵਾਂ ਖੂਨਦਾਨ ਕੈਂਪ ਜਿਹੜਾ ਹੈ ਰੋਟਰੀ ਕਲੱਬ ਦੇ ਵਿੱਚ ਆਯੋਜਿਤ ਕੀਤਾ ਗਿਆ, ਜਿਹਦੇ ਵਿੱਚ ਚੰਡੀਗੜ੍ਹ 32 ਸੈਕਟਰ ਦੇ ਡਾਕਟਰਾਂ ਦੀ ਟੀਮ ਵੱਲੋਂ ਖੂਨਦਾਨੀਆਂ ਤੋਂ ਖੂਨ ਇਕੱਠਾ ਕੀਤਾ ਗਿਆ, ਜੋ ਬਾਅਦ ਦੇ ਵਿੱਚ ਜ਼ਰੂਰਤਮੰਦ ਲੋਕਾਂ ਦੇ ਕੰਮ ਦੇ ਵਿੱਚ ਲਿਆਇਆ ਜਾਏਗਾ, ਕਈ ਜ਼ਿੰਦਗੀਆਂ ਬਚਣਗੀਆਂ। ਸੋ ਪ੍ਰੈਸ ਕਲੱਬ ਰਾਜਪੁਰਾ ਦੇ ਮੈਂਬਰਾਂ ਦਾ ਇਹ ਕਹਿਣਾ ਸੀਗਾ ਕਿ ਅੱਜ ਸਾਡਾ ਟਾਰਗੇਟ ਜਿਹੜਾ ਹੈ 150 ਤੋਂ ਵੱਧ ਯੂਨਿਟ ਇਕੱਠਾ ਕਰਕੇ ਡਾਕਟਰਾਂ ਨੂੰ ਦੇਣਾ ਤਾਂ ਕਿ ਕੀਮਤੀ ਜਾਨਾਂ ਬਚਾਈ ਜਾ ਸਕਣ। ਸੋ ਰਾਜਪੁਰਾ ਪ੍ਰੈਸ ਕਲੱਬ ਵੱਲੋਂ ਇਹ ਉਪਰਾਲਾ ਜਿਹੜਾ ਹੈ ਬੜਾ ਹੀ ਸ਼ਲਾਘਾਯੋਗ ਉਪਰਾਲਾ ਹੈਗਾ। ਕਈ ਮੰਨੇ ਪਰਮੰਨੇ ਰਾਜਨੀਤਿਕ ਲੋਕ ਵੀ ਉਰੇ ਮੌਜੂਦ ਸੀ ਅਤੇ ਆਮ ਜਨਤਾ ਜਿਹੜੀ ਹੈ ਉਹਨਾਂ ਨੇ ਵੀ ਵੱਧ ਚੜ੍ਹ ਕੇ ਜਿਹੜਾ ਹੈ ਇਸ ਖੂਨਦਾਨ ਕੈਂਪ ਦੇ ਵਿੱਚ ਹਿੱਸਾ ਲਿੱਤਾ ਅਤੇ ਖੂਨ ਦਿੱਤਾ। ਸੋ ਦੋਸਤੋ, ਪ੍ਰੈਸ ਕਲੱਬ ਦਾ ਬੜਾ ਸ਼ਲਾਘਾਯੋਗ ਕਦਮ ਹੈ ਇਹ। ਸੋ ਕਿਹੜੇ ਕਿਹੜੇ ਮਹਿਮਾਨ ਇੱਥੇ ਜਿਹੜੇ ਹੈ ਮੌਜੂਦ ਸੀਗੇ? ਅੱਜ ਸਾਬਕਾ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ ਆਪਣੀ ਟੀਮ ਦੇ ਨਾਲ ਪਹੁੰਚੇ ਹੈ। ਜਗਦੀਸ਼ ਕੁਮਾਰ ਜੱਗਾ ਭਾਜਪਾ ਦੇ ਹਲਕਾ ਇੰਚਾਰਜ ਆਪਣੀ ਟੀਮ ਦੇ ਨਾਲ ਪਹੁੰਚੇ ਹੈ। ਸੋ ਪ੍ਰਵੀਨ ਛਾਵੜਾ ਜੀ, ਨਰਿੰਦਰ ਸ਼ਾਸਤਰੀ ਜੀ, ਪ੍ਰਦੀਪ ਨੰਦਾ ਜੀ, ਐਡਵੋਕੇਟ ਸ਼ੇਖਰ ਚੌਧਰੀ ਜੀ। ਸੋ ਫਕੀਰ ਚੰਦ ਬੰਸਲ ਵੀ ਖੂਨਦਾਨੀਆਂ ਦਾ ਹੌਸਲਾ ਵਧਾਉਣ ਵਾਸਤੇ ਇਸ ਕੈਂਪ ਦੇ ਵਿੱਚ ਪਹੁੰਚੇ ਹੈ। ਸੋ ਸੋਨੂ ਕੱਕੜ ਜੀ, ਯੋਗੇਸ਼ ਸੋਨੂ ਜੀ ਵੀ ਇਸ ਕੈਂਪ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਸੀਗੇ, ਜਿੱਥੇ ਉਹਨਾਂ ਨੇ ਖੂਨਦਾਨੀਆਂ ਦਾ ਹੌਸਲਾ ਵਧਾਇਆ। ਦੋਸਤੋ, ਪਰਦੇ ਦੇ ਪਿੱਛੇ ਰਹਿ ਕੇ ਸੇਵਾ ਕਰਨ ਵਾਲਿਆਂ ਦੀ ਗੱਲ ਦੱਸਣ ਜਾ ਰਿਹਾ ਤੁਹਾਨੂੰ। ਲਾਲੀ ਅਤੇ ਹਰਿਆਲੀ ਇੱਕ ਸੰਸਥਾ ਹੈ ਜੋ ਕਿ ਵੱਧ ਚੜ੍ਹ ਕੇ ਪੌਦੇ ਵੀ ਲਾਉਂਦੀ ਹੈ ਵਾਤਾਵਰਣ ਨੂੰ ਸਹੀ ਕਰਨ ਵਾਸਤੇ, ਅਤੇ ਖੂਨਦਾਨੀਆਂ ਤੋਂ ਖੂਨ ਇਕੱਠਾ ਕਰਕੇ ਜ਼ਰੂਰਤਮੰਦ ਲੋਕਾਂ ਦੇ ਕੰਮ ਦੇ ਵਿੱਚ ਲਿਆਇਆ ਜਾਂਦਾ ਹੈ। ਕਾਫੀ ਵੱਡੀ ਸੇਵਾ ਹੈਗੀ ਲਾਲੀ ਅਤੇ ਹਰਿਆਲੀ ਦੇ ਸਦੱਸਿਆਂ ਦੀ, ਉਹਨਾਂ ਨਾਲ ਵੀ ਗੱਲ ਕਰਾਵਾਂਗੇ। ਨਿਸ਼ਕਾਮ ਸੇਵਾ ਸੁਸਾਇਟੀ, ਜਿੱਥੇ ਵੀ ਕੈਂਪ ਲੱਗਦਾ, ਜਿੱਥੇ ਵੀ ਜ਼ਰੂਰਤ ਹੁੰਦੀ ਹੈ ਉੱਥੇ ਇਹ ਮਹਿਲਾਵਾਂ, ਇਹ ਨਰਸਾਂ, ਇਹ ਡਾਕਟਰਸ, ਇਹ ਭੈਣਾਂ ਜਿਹੜੀਆਂ ਵੱਧ ਚੜ੍ਹ ਕੇ ਜਿਹੜਾ ਹੈ ਇਸ ਕੈਂਪਾਂ ਦੇ ਵਿੱਚ ਆਪਣਾ ਯੋਗਦਾਨ ਦਿੰਦੀਆਂ। ਅਤੇ ਨਿਸ਼ਕਾਮ, ਜਿਵੇਂ ਕਿ ਨਾਮ ਹੀ ਨਿਸ਼ਕਾਮ ਸੇਵਾ ਸੁਸਾਇਟੀ ਹੈ, ਅਤੇ ਬਿਲਕੁਲ ਨਿਸ਼ਕਾਮ ਹੋ ਕੇ ਜਿਹੜੀ ਹੈ ਇਹਨਾਂ ਵੱਲੋਂ ਸੇਵਾ ਕੀਤੀ ਜਾਂਦੀ ਹੈ। ਬਹੁਤ ਵਧੀਆ ਜਿਹੜਾ ਇਹ ਕੰਮ ਹੈ। ਸੋ ਵੱਧ ਚੜ੍ਹ ਕੇ ਜਿਹੜਾ ਹੈ ਇਸ ਖੂਨਦਾਨ ਦੇ ਵਿੱਚ ਜਿਹੜਾ ਹੈ ਲੋਕਾਂ ਨੇ ਖੂਨ ਦਾਨ ਦਿੱਤਾ ਅਤੇ ਵੱਧ ਚੜ੍ਹ ਕੇ ਇਸ ਕੈਂਪ ਦੇ ਵਿੱਚ ਹਿੱਸਾ ਲਿੱਤਾ। ਸੋ 18ਵਾਂ ਖੂਨਦਾਨ ਕੈਂਪ ਦੱਸ ਰਿਹਾ ਤੁਹਾਨੂੰ ਪ੍ਰੈਸ ਕਲੱਬ ਰਾਜਪੁਰਾ ਵੱਲੋਂ ਪੋਲਾ ਰਾਮ ਮਾਸੂਮ ਜੀ ਵੱਲੋਂ। ਪੋਲਾ ਰਾਮ ਮਾਸੂਮ ਜੀ ਬਾਰੇ ਤੁਹਾਨੂੰ ਦੱਸ ਦਈਏ, ਇਹ ਇੱਕ ਉੱਘੇ ਪੱਤਰਕਾਰ ਸਨ ਜਿਹੜੇ ਕਿ ਆਤੰਕੀ ਹਮਲੇ ਦੇ ਵਿੱਚ ਜਿਹੜਾ ਹੈ ਇਹ ਸ਼ਹੀਦ ਹੋ ਗਏ ਸਨ, ਅਤੇ ਇਹਨਾਂ ਦੀ ਹੀ ਯਾਦ ਦੇ ਵਿੱਚ ਇਹਨਾਂ ਦੇ ਜਿਹੜੇ ਬੱਚੇ ਹੈਗੇ ਨਿਰਦੋਸ਼ ਜੀ, ਜਿਹੜੇ ਸੀਨੀਅਰ ਪੱਤਰਕਾਰ ਹੈ, ਅਤੇ ਜਿਹੜਾ ਇਹ ਕੈਂਪ ਲਾਇਆ ਜਾ ਰਿਹਾ ਅੱਜ ਜਗਨੰਦਨ ਗੁਪਤਾ ਜੀ ਦੀ ਪ੍ਰਧਾਨਗੀ ਦੇ ਵਿੱਚ ਇਹ ਜਿਹੜਾ ਅੱਜ ਕੈਂਪ ਲਾਇਆ ਗਿਆ, ਇਹ ਬਹੁਤ ਹੀ ਸ਼ਲਾਘਾਯੋਗ ਕਦਮ ਜਿਹੜਾ ਦੱਸਿਆ ਜਾ ਰਿਹਾ, ਜਿਹਦੀ ਸ਼ਹਿਰ ਦੇ ਵਿੱਚ ਕਾਫੀ ਤਾਰੀਫ ਹੋ ਰਹੀ ਹੈ। ਸੋ ਬਿਨਾਂ ਦੇਰੀ ਕੀਤੇ ਤੁਹਾਨੂੰ ਇਸ ਕੈਂਪ ਦੇ ਵਿੱਚ ਲੈ ਕੇ ਜਾਂਦੇ ਹਾਂ, ਚਲਕੀਆਂ ਦਿਖਾਉਂਦੇ ਇਸ ਕੈਂਪ ਦੀ, ਅਤੇ ਜਿਹੜੇ ਰਾਜਨੀਤਿਕ ਲੋਕ ਇਸ ਕੈਂਪ ਦੇ ਵਿੱਚ ਮੌਜੂਦ ਸੀਗੇ ਅਤੇ ਸਮਾਜ ਸੇਵੀ ਲੋਕ ਸੀਗੇ, ਉਹਨਾਂ ਨਾਲ ਗੱਲ ਕਰਾਉਂਦੇ ਹਾਂ। ਅੱਜ ਦਾ ਜਿਹੜਾ ਉਪਰਾਲਾ ਇਹ ਪ੍ਰੈਸ ਕਲੱਬ ਰਾਜਪੁਰਾ ਵੱਲੋਂ ਕੀਤਾ ਗਿਆ, ਬਹੁਤ ਹੀ ਵਧੀਆ ਉਪਰਾਲਾ ਹੈ, ਕਿਉਂਕਿ ਜਿਹੜਾ ਇਹਨਾਂ ਨੇ ਬਲੱਡ ਡੋਨੇਸ਼ਨ ਜਿਹੜਾ ਇਹ ਕੈਂਪ ਇਹ ਲਗਾਇਆ ਗਿਆ,
ਕਾਰਨ ਇਹ ਹੈ ਕਿ ਇਹ ਇਕੱਲਾ ਜਿਹੜਾ ਬੰਦਾ ਖੂਨ ਦਾਨ ਦਿੰਦਾ ਹੈਗਾ ਉਹਦਾ ਤਾਂ ਉਹਨੂੰ ਤਾਂ ਕੋਈ ਫਰਕ ਨਹੀਂ ਪੈਣਾ ਇਹਦੇ ਨਾਲ, ਪਰ ਤੁਸੀਂ ਇਹ ਮੰਨ ਕੇ ਚੱਲੋ ਕਿ ਅਸੀਂ ਕਿਸੇ ਦੀ ਜ਼ਿੰਦਗੀ ਵਿਚਾਰੇ ਹੋ ਰਹੇ ਹੈਗੇ ਆ, ਤਾਂ ਇਹ ਬਹੁਤ ਵੱਡਾ ਜਿਹੜਾ ਦਾਨ ਆ। ਔਰ ਇਹ ਤੋਂ ਉੱਤਮ ਗੱਲ ਇਹ ਹੈ ਕਿ ਜਿਹੜੇ ਬੰਦੇ ਇਸ ਨੂੰ ਔਰਗਨਾਈਜ਼ ਕਰਦੇ ਆ, ਇਹ ਉਪਰਾਲਾ ਮਤਲਬ ਕਿ ਜਿਹੜਾ ਕਰਦੇ ਆ, ਤਾਂ ਉਹਨਾਂ ਦਾ ਵੀ ਓਨਾ ਹੀ ਯੋਗਦਾਨ ਆ ਜਿੰਨਾ ਬਲੱਡ ਦੇਣ ਵਾਲੇ ਦਾ ਹੈਗਾ। ਸੋ ਮੈਂ ਧੰਨਵਾਦ ਕਰਦਾ ਪ੍ਰੈਸ ਕਲੱਬ ਰਾਜਪੁਰਾ ਦਾ, ਜਿਨ੍ਹਾਂ ਨੇ ਹਰ ਵਰ੍ਹੇ ਜਿਹੜਾ ਇਹ ਬੜਾ ਵੱਡਾ ਉਪਰਾਲਾ ਜਿਹੜਾ ਕਰਕੇ ਇਹ, ਮੈਂ ਇਹ ਕਹਿ ਸਕਦਾ ਕਿ ਜੇ ਅੱਜ 300-400 ਜਿੰਨਾ ਵੀ ਬੰਦੇ ਡੋਨੇਟ ਕਰਨਗੇ ਵੀ ਮਤਲਬ 400 ਲਾਈਫਸ ਇਹਨਾਂ ਨੇ ਬਚਾ ਲਈਆਂ ਇਹ, ਅਤੇ ਇਹ 400 ਬੰਦਿਆਂ ਦੀ ਜ਼ਿੰਦਗੀ ਨੂੰ ਬਚਾਉਣ 'ਚ ਕਾਮਯਾਬ ਹੋਣਗੇ ਜਿੰਨਾ ਕੁਛ ਜਿਹੜਾ ਇਹ ਦਿੱਤਾ ਗਿਆ। ਸੋ ਇਹ ਜਿਹੜਾ ਅੱਛਾ, ਦੂਜੀ ਗੱਲ ਇਹ ਹੈ ਕਿ ਜਿਨ੍ਹਾਂ ਦੀ ਯਾਦ 'ਚ ਜਿਹੜਾ ਇਹ ਕੀਤਾ ਗਿਆ ਹੈਗਾ ਉਹ ਉਹਨਾਂ ਦੀ ਵੀ ਬੜੀ ਵੱਡੀ ਦੇਣ ਆ। ਕਾਰਨ ਇਹ ਹੈ ਕਿ ਉਹਨਾਂ ਨੇ ਅਜਿਹੇ ਸਮੇਂ ਦੇ ਅੰਦਰ ਜਦੋਂ ਪੰਜਾਬ ਦੇ ਅੰਦਰ ਅੱਗ ਬਲਦੀ ਸੀ, ਉਹਨਾਂ ਸਮਿਆਂ 'ਚ ਉਹਨਾਂ ਨੇ ਸ਼ਹੀਦੀ ਦਿੱਤੀ ਸ਼੍ਰੀ ਭੋਲਾ ਰਾਮ ਮਾਸੂਮ ਜੀ, ਜਿਹੜੇ ਸਾਡੇ ਬਹੁਤ ਵੱਡੇ ਪੱਤਰਕਾਰ ਸੀਗੇ, ਅਤੇ ਉਸ ਵਕਤ ਉਹਨਾਂ ਦੀ ਸ਼ਹਾਦਤ ਹੋਈ। ਉਹ ਵੀ ਅੱਛੇ ਕੰਮਾਂ ਦੇ ਲਈ ਲੜਾਈ ਲੜ ਰਹੇ ਸੀਗੇ, ਪਰੰਤੂ ਚਲੋ ਮੈਂ ਉਹ ਗੱਲ ਡਿਟੇਲ 'ਚ ਨਹੀਂ ਜਾਣੀ ਚਾਹੁੰਦਾ, ਕਿ ਮੈਂ ਇੰਨਾ ਕੁ ਜ਼ਰੂਰ ਕਹਾਂਗਾ ਕਿ ਜਿਹੜੇ ਵੀ ਬੰਦੇ ਸਮਰਪਣ ਹੁੰਦੇ ਆ ਸਮਾਜ ਨੂੰ, ਤਾਂ ਸਾਨੂੰ ਉਹਨਾਂ ਦੀਆਂ ਯਾਦਾਂ ਨੂੰ ਵੀ ਕਾਇਮ ਰੱਖਣਾ ਚਾਹੀਦਾ। ਸੋ ਅੱਜ ਇਹਨਾਂ ਨੇ ਆਪਣੇ ਜਿਹੜੇ ਪੁਰਾਣੇ ਮਿੱਤਰ ਜਾਂ ਜਿਨ੍ਹਾਂ ਦੀ ਇੱਥੇ ਦੇਣ ਆ, ਪੱਤਰਕਾਰੀ ਨੂੰ ਵੀ ਬੜੀ ਵੱਡੀ ਦੇਣ ਆ ਅਤੇ ਰਾਜਪੁਰਾ ਨੂੰ ਵੀ ਬੜੀ ਵੱਡੀ ਦੇਣ ਆ ਅਤੇ ਸਮਾਜ ਨੂੰ ਬੜੀ ਵੱਡੀ ਦੇਣ ਆ, ਉਹਨਾਂ ਦੀ ਯਾਦ 'ਚ ਜਿਹੜਾ ਇਹ ਹਰ ਸਾਲ ਜਿਹੜਾ ਬਲੱਡ ਕੈਂਪ ਲਾਉਂਦੇ ਆ, ਤਾਂ ਬਹੁਤ ਮਤਲਬ ਕਿ ਅੱਛੇ ਉਪਰਾਲਾ ਹੈ। ਅਤੇ ਮੈਂ ਇਹਨਾਂ ਨੂੰ ਐਪਰੀਸ਼ੀਏਟ ਕਰਦਾ ਅਤੇ ਇਹ ਵੀ ਵਿਸ਼ਵਾਸ ਦਿਲਾਉਣਾ ਕਿ ਮੈਂ ਬਿਲਕੁਲ ਤੁਹਾਡੇ ਨਾਲ ਹਾਂ ਅਤੇ ਇਸ ਸ਼ਹਿਰ ਦੇ ਨਾਲ ਅਸੀਂ ਸਾਰੇ, ਮੈਂ ਮੇਰੀ ਪੂਰੀ ਟੀਮ, ਅਤੇ ਆਓ ਆਪਾਂ ਰਲ ਕੇ ਜਿਹੜੀਆਂ ਵੀ ਮਤਲਬ ਬੁਰਾਈਆਂ ਇਸ ਸ਼ਹਿਰ ਦੇ ਅੰਦਰ ਨੇ ਉਹਨਾਂ ਨੂੰ ਰਲ ਕੇ ਆਪਾਂ ਖਤਮ ਕਰੀਏ। ਅੱਜ ਰਾਜਪੁਰਾ ਪ੍ਰੈਸ ਕਲੱਬ ਵੱਲੋਂ 18ਵਾਂ ਜਿਹੜਾ ਖੂਨਦਾਨ ਕੈਂਪ ਲਾਇਆ ਜਾ ਰਿਹਾ, ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗੀ ਸ਼੍ਰੀ ਭੋਲਾ ਨਾਥ ਮਾਸੂਮ ਦੀ ਯਾਦ ਵਿੱਚ ਲਾਇਆ ਜਾ ਰਿਹਾ। ਮੈਂ ਇਹ ਗੱਲ ਕਹਿ ਸਕਦਾ, ਜਿਹੜੀ ਉਹਨਾਂ ਨੇ ਸ਼ਹੀਦੀ ਦਿੱਤੀ ਹੈ 31 ਜਨਵਰੀ 1993 ਨੂੰ ਉਹਨਾਂ ਨੇ ਸ਼ਹੀਦੀ ਦਿੱਤੀ, ਇਹ ਜਿਹੜੀ ਸ਼ਹੀਦੀ ਦਿੱਤੀ ਹੈ ਦੇਸ਼ ਦੀ ਅਖੰਡਤਾ ਵਾਸਤੇ ਅਤੇ ਏਕਤਾ ਵਾਸਤੇ ਅਤੇ ਹਿੰਦੂ ਸਿੱਖ ਦੀ ਏਕਤਾ ਵਾਸਤੇ ਉਹਨਾਂ ਨੇ ਜਿਹੜੀ ਇਹ ਸ਼ਹੀਦੀ ਦਿੱਤੀ ਹੈ। ਅਤੇ ਮੈਂ ਰਾਜਪੁਰਾ ਪ੍ਰੈਸ ਕਲੱਬ ਦੀ ਵੀ ਜਿੰਨੀ ਤਾਰੀਫ ਕਰਾਂ ਉਨੀ ਘੱਟ ਹੈ, ਕਿਉਂ ਰਾਜਪੁਰਾ ਪ੍ਰੈਸ ਕਲੱਬ ਇਹ ਉਹ ਸਮਾਜ ਦਾ, ਸਮਾਜ ਦੀ ਭਲਾਈ ਵਾਸਤੇ, ਧਰਮ ਦੀ ਧਰਮ ਵਾਸਤੇ ਇਹ ਹਮੇਸ਼ਾ ਤਤਪਰ ਰਹਿੰਦਾ। ਅਤੇ ਮੈਂ ਇਹ ਰਾਜਪੁਰਾ ਪ੍ਰੈਸ ਨੂੰ ਮੈਂ ਆਪਣੇ ਵੱਲੋਂ ਮੈਂ ਵਿਸ਼ਵਾਸ ਦਵਾਉਂਦਾ, ਜਿੱਥੇ ਵੀ ਮੇਰੀ ਇਹਨਾਂ ਨੂੰ ਲੋੜ ਹੋਵੇ ਮੈਂ ਉਹਨਾਂ ਦੇ ਨਾਲ ਹਾਂ, ਧੰਨਵਾਦ ਹੁੰਦਾ। ਅੱਜ ਪ੍ਰੈਸ ਕਲੱਬ ਵੱਲੋਂ ਪ੍ਰਧਾਨ ਜਿਹੜੇ ਜਗਨੰਦਨ ਗੁਪਤਾ ਜੀ, ਸਾਡੇ ਕੌਂਸਲਰ ਵੀ ਹੈਗੇ ਆ, ਸਮਾਜ ਸੇਵੀ ਵੀ ਹੈਗੇ ਆ ਔਰ ਉੱਘੇ ਪੱਤਰਕਾਰ ਵੀ ਹੈਗੇ ਆ, ਇਹਨਾਂ ਦੀ ਪ੍ਰਧਾਨਗੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਾਡੇ ਅਮਰ ਸ਼ਹੀਦ ਭੋਲਾ ਨਾਥ ਜੀ ਮਾਸੂਮ ਅਤੇ ਉਹਨਾਂ ਨੂੰ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਸਾਰਾ ਪੱਤਰਕਾਰ ਭਾਈਚਾਰਾ ਹਰ ਸਾਲ ਜਿਹੜਾ ਹੈਗਾ 31 ਜਨਵਰੀ ਨੂੰ, ਜੋ ਕਿ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਹੈਗਾ ਇਹ ਕੈਂਪ, ਬਲੱਡ ਕੈਂਪ ਲਗਾਉਂਦਾ ਹੈਗਾ। ਬਹੁਤ ਹੀ ਵਧੀਆ ਉਪਰਾਲਾ, ਜਿਵੇਂ ਸਾਡੇ MLA ਸਾਹਿਬ ਨੇ ਦੱਸਿਆ ਕਿ ਇਹ ਜਿਹੜਾ ਖੂਨ ਹੈਗਾ ਇਹ ਕਿਸੇ ਮਸ਼ੀਨਾਂ 'ਤੇ ਨਹੀਂ ਬਣਦਾ, ਕਿਸੇ ਫੈਕਟਰੀਆਂ 'ਚ ਨਹੀਂ ਬਣ ਸਕਦਾ, ਕਿਸੇ ਮੈਡੀਕਲ ਤਰੀਕੇ ਨਾਲ ਨਹੀਂ ਬਣ ਸਕਦਾ, ਇਹ ਸਿਰਫ ਇਨਸਾਨ ਹੀ ਇਨਸਾਨ ਦੇ ਸਰੀਰ ਦੇ ਵਿੱਚੋਂ ਕੱਢ ਕੇ ਇਨਸਾਨ ਨੂੰ ਦੇ ਕੇ ਇਨਸਾਨ ਦੀ ਜਾਨ ਬਚਾਈ ਜਾ ਸਕਦੀ ਹੈ। ਤਾਂ ਧੰਨਵਾਦ ਹੈ ਜਿਹੜੇ ਨਿਰਦੋਸ਼ ਪਰਿਵਾਰ ਦਾ ਔਰ ਸਾਰੇ ਇਹਨਾਂ ਪੱਤਰਕਾਰ ਵੀਰਾਂ ਦਾ ਔਰ ਵਿਸ਼ੇਸ਼ ਕਰਕੇ ਉਹਨਾਂ ਲੋਕਾਂ ਦਾ ਵੀ ਜਿਹੜੇ ਹਰ ਸਾਲ ਹੁੰਮ ਹੁੰਮਾ ਕੇ ਨੌਜਵਾਨ ਇੱਥੇ ਆ ਕੇ
ਆਪਣਾ ਖੂਨ ਆਪਣੀ ਮਰਜ਼ੀ ਨਾਲ ਦੇ ਕੇ ਜਾਂਦੇ ਹਾਂ ਔਰ ਉਸ ਨੇਕ ਕੰਮ ਵਿੱਚ ਆਪਣੀ ਜਿਹੜੀ ਹੈਗੀ ਹੈ ਯੋਗਦਾਨ ਆਪਣੀ ਅਹੁਦੀ ਪਾਉਂਦੇ ਹਾਂ। ਕਿਉਂਕਿ ਬੋਲਾ ਨਾਥ ਜੀ ਮਾਸੂਮ ਨੇ ਐਸੇ ਵਕਤ ਦੇ ਵਿੱਚ ਜਿਹੜੀ ਆਪਣੀ ਸ਼ਹਾਦਤ ਦਿੱਤੀ ਜਦੋਂ ਪੰਜਾਬ ਛੱਡ ਰਿਹਾ ਸੀਗਾ ਉਦੋਂ, ਤਾਂ ਬਹੁਤ ਹਜ਼ਾਰਾਂ ਲੋਕ ਜਿਹੜੇ ਹੈਗੇ ਆ ਆਪਣਾ ਜਾਨਾਂ ਦਿੱਤੀਆਂ, ਪਰੰਤੂ ਰਾਜਪੁਰਾ ਦੇ ਵਿੱਚ ਸਾਡੇ ਵਾਸਤੇ ਇੱਕ ਜਿਹੜਾ ਚਾਨਣ ਮੁਨਾਰਾ ਹੈਗਾ ਕਿ ਅੱਜ ਉਸ ਸ਼ਹੀਦ ਨੂੰ ਯਾਦ ਕਰਨ ਵਾਸਤੇ ਆਪਾਂ ਸਾਰੇ ਇਕੱਠੇ ਹੋਏ ਹਾਂ, ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਮਰ ਸ਼ਹੀਦ ਪੋਲਨ ਨਾਥ ਮਾਸੂਮ ਜੀ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਜਪੁਰਾ ਪ੍ਰੈਸ ਕਲੱਬ ਸਾਰੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਅੱਜ ਰੋਟਰੀ ਕਲੱਬ ਰਾਜਪੁਰਾ ਵਿਖੇ ਲਾਇਆ ਜਾ ਰਿਹਾ, ਕਿਉਂਕਿ ਖੂਨਦਾਨ ਸਭ ਤੋਂ ਮਹਾਂਦਾਨ ਹੈ, ਉੱਤਮ ਦਾਨ ਹੈ। ਇੱਕ ਯੂਨਿਟ ਦੇ ਨਾਲ ਆਪਾਂ ਇੱਕ ਜ਼ਿੰਦਗੀ ਬਚਾਉਣ ਦੇ ਵਿੱਚ ਕਾਮਯਾਬ ਹੁੰਦੇ ਹਾਂ। ਮੈਂ ਸਮਝਦਾ ਕਿ ਪੋਲਨ ਨਾਥ ਮਾਸੂਮ ਜੀ ਨੂੰ ਇਹੀ ਸੱਚੀ ਸ਼ਰਧਾਂਜਲੀ ਹੈ ਔਰ ਸਾਨੂੰ ਉਹਨਾਂ ਦੇ ਦਿਖਾਏ ਹੋਏ ਰਸਤੇ 'ਤੇ ਸੱਚ ਦੇ ਮਾਰਗ 'ਤੇ ਚੱਲਣਾ ਚਾਹੀਦਾ। ਕੀ ਕਹਿਣਾ ਚਾਹੋਗੇ ਜੀ ਅੱਜ ਕਲੱਬ ਦੇ? ਸੰਦੀਪ ਜੀ, ਰਾਜਪੁਰਾ ਪ੍ਰੈਸ ਕਲੱਬ ਨੇ ਜਿਹੜਾ ਉਪਰਾਲਾ ਕੀਤਾ ਹੈ, ਮੇਰੇ ਪੁਰਾਣੇ ਦੋਸਤ ਪੋਲਨ ਨਾਥ ਮਾਸੂਮ ਜੀ ਜਿਹੜਾ ਮੇਰੇ ਨਾਲ ਬੜਾ ਪਿਆਰ ਸੀਗਾ, ਉਹਨਾਂ ਦੀ ਯਾਦ 'ਚ ਹਰ ਸਾਲ ਜਿਹੜਾ ਇਹ ਉਪਰਾਲਾ ਕੀਤਾ ਜਾਂਦਾ ਹੈ, ਖੂਨਦਾਨ ਕੈਂਪ ਲਗਾਇਆ ਜਾਂਦਾ ਹੈ, ਇਹ ਵੱਡਾ ਹੀ ਸ਼ਲਾਘਾਯੋਗ ਕੰਮ ਹੈ। ਅਤੇ ਮੈਂ ਸਾਰੇ ਪ੍ਰੈਸ ਕਲੱਬ ਨੂੰ, ਗੁਪਤਾ ਜੀ ਨੂੰ, ਸਾਰੇ ਇਹਨਾਂ ਦੇ ਮੈਂਬਰ ਸਾਹਿਬਾਨ ਨੂੰ ਅਤੇ ਪੋਲਨ ਨਾਥ ਮਾਸੂਮ ਜੀ ਦੀ ਫੈਮਿਲੀ ਨੂੰ ਬਹੁਤ ਬਹੁਤ ਵਧਾਈ ਦਿੰਦਾ। ਮੈਂ ਤਾਂ ਇਹੀ ਕਹਿਣਾ ਚਾਹਾਂਗੀ, ਸਾਡੇ ਸ਼ਹਿਰ ਦੀ ਖੁਸ਼ਕਿਸਮਤੀ ਹੈ ਕਿ ਸਾਡੇ ਸ਼ਹਿਰ 'ਚ ਇੰਨਾ ਵਧੀਆ ਪ੍ਰੈਸ ਕਲੱਬ ਹੈਗਾ ਕਿ ਜਿਹੜਾ ਪ੍ਰੈਸ ਦੀ ਸੇਵਾ ਦੇ ਨਾਲ ਨਾਲ ਸੋਸ਼ਲੀ ਵੀ ਰਾਜਪੁਰੇ ਦੇ ਬਾਰੇ ਸੋਚਦਾ, ਕਿਉਂਕਿ ਇਹ ਹਰ ਇੱਕ ਬੰਦਾ ਨਹੀਂ, ਹਰ ਇੱਕ, ਮੈਂ ਹੋਰ ਸ਼ਹਿਰਾਂ 'ਚ ਵੀ ਦੇਖਿਆ, ਪਰ ਇੰਨਾ ਵਧੀਆ ਸਿਸਟਮ ਜੋ ਇਹ ਆਏ ਸਾਲ ਚਲਾਉਂਦੇ ਹੈ, ਇਹ ਬੜੀ ਵੱਡੀ ਗੱਲ ਹੈ। ਇਹ ਮੈਂ ਇਹਨਾਂ ਨੂੰ ਵਧਾਈ ਦਿੰਦਾ ਔਰ ਮੈਂ ਇਹਨਾਂ ਨੂੰ ਇਹ ਵੀ ਕਹਿੰਦਾ ਕਿ ਹੋਰ ਵੀ ਤੁਸੀਂ ਕੋਈ ਕੰਮ ਕਰੋਗੇ, ਅਸੀਂ ਤੁਹਾਡੇ ਨਾਲ ਵੱਧ ਚੜ੍ਹ ਕੇ ਖੜ੍ਹੇ ਹਾਂ ਐਜ਼ ਏ ਸ਼ਹਿਰਦਾਰ ਹੋਣ ਦੇ ਨਾਤੇ ਔਰ ਇੱਕ ਇਨਸਾਨੀਅਤ ਦੇ ਨਾਤੇ, ਕਿਉਂਕਿ ਬਲੱਡ ਡੋਨੇਸ਼ਨ ਕੈਂਪ ਲਗਾਉਣਾ ਇੱਕ ਬੜਾ ਪੁੰਨ ਵਾਲਾ ਕੰਮ ਹੁੰਦਾ ਔਰ ਉਹ ਵੀ ਤੁਸੀਂ ਆਪਣੇ ਸ਼ਹਿਰ 'ਚ ਰਹਿ ਕੇ ਸੇਵਾ ਕਰ ਰਹੇ ਹੋ, ਤਾਂ ਇਸ ਤੋਂ ਵੱਡੀ ਤਾਂ ਗੱਲ ਹੀ ਕੋਈ ਨਹੀਂ ਹੋ ਸਕਦੀ। ਸੋ ਮੈਂ ਜਗਨੰਦਨ ਜੀ ਦੀ ਬੜੀ ਤਾਰੀਫ ਕਰਦਾ, ਡਾਕਟਰ ਸਾਹਿਬ ਖੜ੍ਹੇ ਹੈ, ਜੇ ਪੀ ਜੀ ਖੜ੍ਹੇ ਹੈ, ਸਾਰੇ ਹੀ ਝਾਅ ਸਾਹਿਬ ਖੜ੍ਹੇ ਹੈ, ਵੀ ਜਿੰਨੀ ਮਿਹਨਤ ਇਹ ਕਰਦੇ ਹੈ ਰਾਜਪੁਰੇ ਉਹਦੇ ਵਾਸਤੇ, ਅਤੇ ਇਹਨਾਂ ਨੂੰ ਮੈਂ ਆਪਣੇ ਵੱਲੋਂ ਥੈਂਕ ਯੂ ਕਰਦਾ ਕਿ ਮੈਂ ਇੱਕ ਸ਼ਹਿਰਦਾਰ ਹੋਣ ਦੇ ਨਾਤੇ ਇਹਨਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਐਸੇ ਕੰਮ ਹੋਰ ਵੀ ਕਰੋ, ਅਸੀਂ ਤੁਹਾਡੇ ਨਾਲ ਖੜ੍ਹੇ। ਸਭ ਤੋਂ ਪਹਿਲਾਂ ਪ੍ਰੈਸ ਕਲੱਬ ਦਾ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਨੇ ਮੇਰੇ ਜੇ ਛੋਟੇ ਨਿਮਾਣੇ ਨੂੰ ਇੱਥੇ ਆ ਕੇ ਆਦਰ ਦਿੱਤਾ। ਔਰ ਗੱਲ ਹੈ ਆਪਣੇ ਬਲੱਡ ਡੋਨੇਸ਼ਨ ਦੀ, ਜਿਵੇਂ ਕਿ ਗੁਪਤਾ ਜੀ ਨੇ ਕਿਹਾ ਕਿ ਬਲੱਡ ਨੈਚੁਰਲੀ ਬਣਦਾ, ਇਹ ਕੋਈ ਐਸੀ ਚੀਜ਼ ਨਹੀਂ ਕਿ ਆਪਾਂ ਬਾਜ਼ਾਰ ਤੋਂ ਖਰੀਦ ਸਕੀਏ। ਇਸ ਕਰਕੇ ਮੇਰਾ ਪੂਰੇ ਸ਼ਹਿਰ ਵਾਸੀਆਂ ਨੂੰ ਇਹ ਨਿਵੇਦਨ ਹੈ ਕਿ ਵੱਧ ਤੋਂ ਵੱਧ ਬਲੱਡ ਦਿਓ। ਮੈਂ ਖੁਦ ਲਗਭਗ 30 ਵਾਰੀ ਬਲੱਡ ਦੇ ਚੁੱਕਿਆ ਔਰ ਮੈਂ ਮਹੀਨਾ ਪਹਿਲਾਂ ਬਲੱਡ ਦਿੱਤਾ, ਨਹੀਂ ਤਾਂ ਮੈਂ ਇੱਥੇ ਵੀ ਅੱਜ ਬਲੱਡ ਦੇਣਾ ਸੀ। ਅਤੇ ਮੇਰੀ ਸ਼ਹਿਰ ਵਾਸੀਆਂ ਨੂੰ ਇਹ ਨਿਵੇਦਨ ਹੈ ਕਿ ਵੱਧ ਤੋਂ ਵੱਧ ਬਲੱਡ ਦਿਓ, ਤਾਂ ਕਿ ਆਪਾਂ ਦੇਖੋ ਆਪਣੇ ਕੋਲ ਹੋਰ ਦੇਣ ਵਾਸਤੇ ਕੁਛ ਨਹੀਂ ਹੈ, ਜੋ ਆਪਾਂ ਚੀਜ਼ ਦੇ ਸਕਦੇ ਹਾਂ, ਜਿਹਦੇ ਕੋਲ ਸ਼ਮਤਾ ਹੈ ਉਹ ਕਮ ਸੇ ਕਮ ਆਪਣਾ ਖੂਨ ਜ਼ਰੂਰ ਦੇਵੇ ਤਾਂ ਕਿ ਕਿਸੇ ਹੋਰ ਦੀ ਜਾਨ ਬਚ ਸਕੇ। ਅਤੇ ਇਹ ਇਹਨਾਂ ਦਾ 18ਵਾਂ ਅੱਜ ਕੈਂਪ ਹੈ, ਮੇਰਾ ਇਹੀ ਆਪਣਾ ਪ੍ਰਭੂ ਅੱਗੇ ਪ੍ਰਾਰਥਨਾ ਹੈ ਕਿ ਆਉਣ ਵਾਲੇ ਟਾਈਮ ਵਿੱਚ ਇਹ ਕੈਂਪ ਲਾਉਂਦੇ ਰਹਿਣਗੇ ਔਰ ਪਰਮਾਤਮਾ ਇਹਨਾਂ ਨੂੰ
ਜਿਹਾ ਤਾਕਤ ਬਖਸ਼ੇ ਬਹੁਤ। ਮੈਂ ਨਮਸਕਾਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਧੰਨਵਾਦ ਕਰਦਾ ਜਿਹੜੇ ਮੇਰੇ ਉਰੇ ਸਰੋਤੇ ਪਹੁੰਚੇ ਨੇ, ਖੂਨਦਾਨੀ ਆਪਣਾ ਜਿਹੜੇ ਬਲੱਡ ਡੋਨੇਸ਼ਨ ਬਲੱਡ ਦੇ ਰਹੇ ਨੇ, ਖੂਨਦਾਨ ਕਰ ਰਹੇ ਨੇ, ਮੈਂ ਉਹਨਾਂ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ। ਅਤੇ ਇਹ ਜਿਹੜਾ ਹੈਗਾ ਰਾਜਪੁਰਾ ਪ੍ਰੈਸ ਕਲੱਬ ਰਜਿਸਟਰਡ ਰਾਜਪੁਰਾ ਸਾਡਾ ਜਿਹੜਾ ਕਲੱਬ ਹੈ ਜੀ, ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ 18ਵਾਂ ਖੂਨਦਾਨ ਕੈਂਪ ਲਗਾਇਆ ਗਿਆ ਹੈ। ਇਹ ਖੂਨਦਾਨ ਕੈਂਪ ਆਪਣੇ ਜਿਹੜੇ ਭੋਲਾ ਨਾਥ ਮਾਸੂਮ ਜੀ ਸੀਗੇ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਹੈ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਲਾਸਟ ਟਾਈਮ ਵੀ ਮੇਰੇ ਮੈਂਬਰਾਂ ਦੇ ਸਹਿਯੋਗ ਨਾਲ ਪ੍ਰਧਾਨਗੀ ਆਪਣੀ ਸੀਗੀ, ਅਤੇ ਉਸ ਵਿੱਚ ਵੀ 150 ਦੇ ਕਰੀਬ ਹੋਏ ਸੀਗੇ ਆਪਣਾ ਯੂਨਿਟ ਬਲੱਡ ਯੂਨਿਟ ਹੋਏ ਸੀਗੇ। ਅਤੇ ਇਸ ਵਾਰ ਵੀ ਸਾਡਾ ਟਾਰਗੇਟ ਇਹੀ ਹੈ ਵੀ ਅਸੀਂ 200 ਤੱਕ ਬਲੱਡ ਯੂਨਿਟ ਆਪਣਾ ਇਹ ਪਹੁੰਚਾਈਏ। ਔਰ ਜਿਹੜੀ ਮੈਂ ਧੰਨਵਾਦ ਕਰਦਾ ਡਾਕਟਰਾਂ ਦੀ ਟੀਮ ਦਾ, ਜਿਹੜੀ ਸਾਡੀ 32 ਤੋਂ ਡਾਕਟਰਾਂ ਦੀ ਟੀਮ ਪਹੁੰਚੀ ਹੈ, ਸਾਡਾ ਬਹੁਤ ਸਹਿਯੋਗ ਦੇ ਰਹੇ ਨੇ, ਹੋਰ ਜਿਹੜੀਆਂ ਕਈ ਸੰਸਥਾਵਾਂ ਨੇ, ਜੇ NGO ਨੇ ਮੇਰੇ ਆਪਣਾ ਨਾਲ, ਹਰਿਆਲੀ ਆਪਣਾ ਅਨਖੀ ਜੂਨ ਹੈ, ਪ੍ਰਿਆਸ ਸੇਵਾ ਸ਼ਿਵ ਆਪਣਾ ਰੋਟਰੀ ਕਲੱਬ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ। ਰੋਟਰੀ ਕਲੱਬ ਨੇ ਸਾਨੂੰ ਹਰ ਸਾਲ ਸਾਡੇ ਵਾਸਤੇ ਇਹ ਐਡਾ ਮਤਲਬ ਸਾਨੂੰ ਜਗ੍ਹਾ ਦਿੰਦੇ ਨੇ, ਇਹ ਬਹੁਤ ਵੱਡਾ ਉਪਰਾਲਾ, ਉਹ ਵੀ ਸਾਡੀ ਬਹੁਤ ਹੈਲਪ ਕਰਦੇ ਨੇ, ਹਰ ਵੱਲੋਂ ਹਰ ਪਾਸੋਂ ਹੈਲਪ ਕਰਦੇ ਨੇ। ਅਤੇ ਮੈਂ ਜਿਹੜੀਆਂ ਮੇਰੀਆਂ ਆਪਣਾ ਇੱਧਰ ਭੈਣਾਂ ਵੀ ਪਹੁੰਚੀਆਂ ਹੋਈਆਂ ਨਿਸ਼ਕਾਮ ਸੇਵਾ ਵਾਲੀਆਂ, ਅਤੇ ਉਹ ਸਾਡੀ ਹਰ ਸਾਲ ਸਾਡੀ ਬਹੁਤ ਮਦਦ ਕਰਦੀਆਂ ਨੇ, ਉਹਨਾਂ ਦਾ ਵੀ ਮੈਂ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦਾ। ਮੈਂ ਆਪਣੇ ਮੈਂਬਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ, ਕਿਉਂਕਿ ਜਿਹੜਾ ਇਹ ਕੈਂਪ ਹੈ ਨਾ ਜੀ, ਇੱਕ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਵੀ ਉਸਨੂੰ ਚਲਾ ਸਕੇ ਜਾਂ ਕੋਈ ਵੀ ਪ੍ਰਧਾਨ ਚੇਅਰਮੈਨ, ਕੋਈ ਨਹੀਂ, ਟੀਮ ਵਰਕ ਹੁੰਦਾ। ਮੇਰੀ ਜਿਹੜੀ ਪ੍ਰੈਸ ਕਲੱਬ ਦੀ ਟੀਮ ਹੈ ਉਹ ਬਹੁਤ ਸੋਲਿਡ ਹੈ, ਮੇਰੇ ਨਾਲ ਖੜੀ ਹੈ। ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜਾ ਇਹ ਖੂਨ ਬਲੱਡ ਜਿਹੜਾ ਦਾਨ ਕਰਦੇ ਹਾਂ ਵੀ ਇੱਕ ਇੱਕ ਦੀ ਜਾਨ ਬਚਾਉਂਦੇ ਹਾਂ ਆਪਾਂ, ਉਹਦੇ ਨਾਲ ਜਿਹੜੀ ਹੋਰ ਜਾਨਾਂ ਜੁੜੀਆਂ ਉਹ ਵੀ ਕਈ ਜਾਨਾਂ ਆਪਾਂ ਬਚਾ ਲੈਂਦੇ ਹਾਂ। ਜਿਵੇਂ ਆਪਾਂ ਕਹਿੰਦੇ ਵੀ ਜਿਵੇਂ ਖੂਨ ਹੈ ਜਿਹੜਾ ਇਹ ਖੂਨ ਸਿਰਫ ਨੈਚੁਰਲ ਤੌਰ 'ਤੇ ਹੀ ਬਣ ਸਕਦਾ, ਜਿਵੇਂ ਆਪਾਂ ਮੈਂ ਪਹਿਲਾਂ ਵੀ ਗੱਲ ਕਰੀ ਸੀ ਵੀ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਲੇਕਿਨ ਖੂਨ ਨਹੀਂ ਬਣਾ ਸਕਦੀ ਉਹ, ਬਲੱਡ ਸਿਰਫ ਵਿਅਕਤੀ ਤੋਂ ਹੀ, ਵਿਅਕਤੀ ਜਿਹੜਾ ਹੈਗਾ ਉਹ ਕਰ ਸਕਦਾ, ਕੁਦਰਤੀ ਤੌਰ 'ਤੇ ਹੀ ਬਲੱਡ ਬਣਦਾ। ਤਾਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਜਿਵੇਂ ਹੁਣ ਬਲੱਡ ਡੋਨੇਸ਼ ਮਤਲਬ ਖੂਨਦਾਨ ਹੋ ਰਿਹਾ, ਉਸ ਤੋਂ ਵੱਧ ਚੜ੍ਹ ਕੇ ਹਿੱਸਾ ਦਿਓ ਅੱਗੇ ਵਾਸਤੇ ਵੀ, ਅਤੇ ਸਾਰਿਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ। ਰਾਜਪੁਰਾ ਪ੍ਰੈਸ ਕਲੱਬ ਰਾਜਪੁਰਾ ਵੱਲੋਂ ਇਹ 18ਵਾਂ ਜਿਹੜਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ, ਇਹ ਮਾਨਵਤਾ ਦੀ ਸੇਵਾ ਵਾਸਤੇ ਹਮੇਸ਼ਾ ਤਤਪਰ ਰਹਿੰਦੇ। ਸੋ ਮੈਂ ਸਾਰਿਆਂ ਨੂੰ ਹੀ ਖੂਨਦਾਨੀਆਂ ਨੂੰ, ਜਿਹੜੀਆਂ ਸਹਿਯੋਗੀ ਸੰਭਾਵਾਂ ਨੇ, ਉਹਨਾਂ ਦਾ ਵੀ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਅਸੀਂ ਪ੍ਰੈਸ ਕਲੱਬ ਵੱਲੋਂ ਹਮੇਸ਼ਾ ਹੀ ਆਪਣਾ ਸਮਾਜ ਵਾਸਤੇ ਹਮੇਸ਼ਾ ਕੁਛ ਨਾ ਕੁਛ ਕਰਦੇ ਰਹਾਂਗੇ। ਸੋ ਸਾਰਿਆਂ ਦਾ ਇਸ ਮੌਕੇ ਪਹੁੰਚਣ 'ਤੇ ਬਹੁਤ ਹੀ ਧੰਨਵਾਦ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਅਤੇ ਇਸ ਇਲਾਕੇ ਦੇ ਜਿਹੜੇ ਵੀ ਖੂਨਦਾਨੀ ਨੇ ਜਾਂ ਸਮਾਜ ਸੇਵੀ ਨੇ ਜਿਨ੍ਹਾਂ ਨੇ ਸਹਿਯੋਗ ਕੀਤਾ, ਉਹਨਾਂ ਦਾ ਧੰਨਵਾਦ ਕਰਦਾ। ਅਤੇ ਤੁਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੀ ਡਿਊਟੀ ਦੇ ਰਹੇ ਹਾਂ। ਹਰ ਇੱਕ ਇਨਸਾਨ ਦੀ ਡਿਊਟੀ ਹੁੰਦੀ ਆ, ਅਤੇ ਜਿਹਨੇ ਚੰਗਿਆਈ ਕਰਨੀ ਆ ਉਹਨੇ ਚੰਗਾ ਕੰਮ ਹੀ ਕਰਨਾ, ਅਤੇ ਉਹ ਤੋਂ ਪਿੱਛੇ ਨਹੀਂ ਹਟ ਸਕਦਾ। ਅੱਜ ਰਾਜਪੁਰਾ ਪ੍ਰੈਸ ਕਲੱਬ ਵੱਲੋਂ 18ਵਾਂ ਖੂਨਦਾਨ ਕੈਂਪ ਆ, ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਖੂਨਦਾਨੀ ਆਏ ਨੇ। ਅਤੇ ਸਾਡਾ ਜਿਹੜਾ ਟੀਚਾ 150 ਤੋਂ ਉੱਤੇ ਦਾ, ਅਤੇ ਉਹਨੂੰ ਪੂਰਾ ਵੀ ਕਰਾਂਗੇ। ਅਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਅਤੇ ਹੋਰ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਆਪਣੇ ਕੋਈ ਵੀ ਮਾਰਕੀਟ ਕਮੇਟੀਆਂ ਨੇ, ਆਪਣਾ ਜਿਹੜੇ ਵੀ ਮਿੱਤਰ ਨੇ ਪਿੰਡ ਦੇ, ਪੰਚ ਸਰਪੰਚ ਨੇ, ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਹਰ ਪਿੰਡ ਦੇ ਵਿੱਚ ਖੂਨਦਾਨ ਕੈਂਪ ਲਾਉਣ ਅਤੇ ਨੌਜਵਾਨਾਂ ਨੂੰ ਇਸ ਲਈ ਜਾਗਰੂਕ ਕਰਨ, ਕਿਉਂਕਿ ਕੋਈ ਕਿਸੇ ਵੀ ਫੈਕਟਰੀ 'ਚ ਖੂਨ ਨਹੀਂ ਬਣਾਇਆ ਜਾ ਸਕਦਾ। ਖੂਨ ਇਹ ਸਾਡੇ ਪਰਮਾਤਮਾ ਨੇ, ਰੱਬ ਨੇ, ਕੁਦਰਤ ਨੇ, ਜੋ ਮਰਜ਼ੀ ਕਹਿ ਲਓ, ਉਹਨਾਂ ਨੇ ਸਾਡੇ ਸਰੀਰ ਨੂੰ ਇੱਕ ਮਸ਼ੀਨ ਬਣਾਇਆ ਜਿਹੜਾ ਕਿ ਇਹ ਖੂਨ ਬਣਾਉਂਦਾ, ਅਤੇ ਇੱਕ ਖੂਨਦਾਨੀ ਤਿੰਨ ਜਣਿਆਂ ਦੀ ਜ਼ਿੰਦਗੀ ਬਚਾਉਂਦਾ, ਤਿੰਨ ਜਣਿਆਂ ਦੀ ਜ਼ਿੰਦਗੀ, ਕਿਉਂਕਿ ਇੱਕ ਯੂਨਿਟ ਜਿਹੜਾ ਤਿੰਨ ਜਣਿਆਂ ਨੂੰ ਲੱਗਦਾ। ਜਿਵੇਂ ਹੁਣ ਸੰਦੀਪ ਜੀ ਤੁਸੀਂ ਹੋ, ਤੁਹਾਡਾ AB ਨੈਗਟਿਵ
ਬਲੱਡ ਗਰੁੱਪ ਆ ਬਹੁਤ ਘੱਟ ਆ, ਬਹੁਤ ਘੱਟ ਆ, ਮੇਰਾ ਏ ਨੈਗਟਿਵ ਆ, ਬਹੁਤ ਘੱਟ ਆ। ਅਤੇ ਇਹਦੇ ਲਈ ਜੇ ਆਪਣਾ ਅਤੇ ਆਪਣਾ ਜਦੋਂ ਤੁਸੀਂ ਕਿਸੇ ਨੂੰ ਖੂਨ ਦਿੰਦੇ ਆ ਅਤੇ ਉਹ ਤਿੰਨ ਮੈਂਬ ਉਹਨਾਂ ਦੀ ਨਹੀਂ ਜ਼ਿੰਦਗੀ ਬਚਾਉਂਦੇ ਅਤੇ ਉਹਨਾਂ ਦੇ ਨਾਲ ਨਾਲ 20-30-50 ਉਹਨਾਂ ਦੇ ਰਿਸ਼ਤੇਦਾਰ ਪਰਿਵਾਰ ਦੇ ਮੈਂਬਰ ਹੁੰਦੇ ਨੇ। ਇੱਕ ਬਹੁਤ ਵੱਡਾ ਉਪਰਾਲਾ ਹੈ ਪ੍ਰੈਸ ਕਲੱਬ ਵੱਲੋਂ ਅਤੇ ਆਪਾਂ ਸਾਰੇ ਇਹਦੇ ਵਿੱਚ ਸ਼ਾਮਿਲ ਹਾਂ। ਅਤੇ ਮੈਂ ਅਪੀਲ ਕਰਦਾ ਸਾਰਿਆਂ ਨੂੰ ਵੀ ਇੱਦਾਂ ਦੇ ਖੂਨਦਾਨ ਕੈਂਪ ਲਾਉਣੇ ਚਾਹੀਦੇ ਆ ਅਤੇ ਖੂਨਦਾਨ ਲਾਉਣਾ ਚਾਹੀਦਾ ਹੈ। ਤੁਹਾਡਾ ਇੱਥੇ ਪਹੁੰਚਣ ਦੇ ਧੰਨਵਾਦ। ਜਿਹੜਾ ਸਾਡੇ ਰਾਜਪੁਰਾ ਪ੍ਰੈਸ ਕਲੱਬ ਵੱਲੋਂ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਸਾਡੇ ਬਹੁਤ ਹੀ ਮਾਣ ਅਤੇ ਸਤਿਕਾਰਯੋਗ ਭੋਲਾ ਨਾਥ ਮਸੂਮ ਜੀ ਦੇ 18ਵੇਂ ਸ਼ਹੀਦੀ ਖੂਨਦਾਨ ਨੂੰ ਸਮਰਪਿਤ ਜਿਹੜਾ ਹਰ ਸਾਲ ਉਹਨਾਂ ਦੀ ਯਾਦ ਦੇ ਵਿੱਚ ਕਰਾਇਆ ਜਾ ਰਿਹਾ ਖੂਨਦਾਨ ਕੈਂਪ, ਜਿਹੜਾ ਪੱਤਰਕਾਰ ਭਾਈਚਾਰੇ ਵੱਲੋਂ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਮੈਂ ਇਹਨਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਕਿਉਂਕਿ ਜਿਹੜਾ ਖੂਨਦਾਨ ਮਹਾਂਦਾਨ ਕਹਿੰਦੇ ਸਭ ਤੋਂ ਉੱਤਮ ਦਾਨ ਹੈ, ਜਿਹੜਾ ਅੱਜ ਕਿਸੇ ਦਾ ਖੂਨ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ, ਇਹ ਤੋਂ ਵੱਡਾ ਕੋਈ ਦਾਨ ਨਹੀਂ ਹੋ ਸਕਦਾ। ਮੈਂ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਇਸ ਗੱਲ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅਤੇ ਮੈਂ ਉਮੀਦ ਕਰਦਾ ਵੀ ਹੋਰ ਵੀ ਸਾਨੂੰ ਇਹੋ ਜਿਹੇ ਕੰਮ ਜਿਹੜੇ ਸ਼ਲਾਘਾਯੋਗ ਕੰਮ ਕਰਨੇ ਚਾਹੀਦੇ ਆ, ਬਾਕੀ ਸੰਸਥਾਵਾਂ ਨੂੰ ਵੀ ਇਹ ਤੋਂ ਸੇਧ ਲੈ ਕੇ ਇਸੇ ਤਰੀਕੇ ਨਾਲ ਬਣਦਾ ਯੋਗਦਾਨ ਆਪਣਾ ਜ਼ਿੰਦਗੀ 'ਚ ਪਾਉਣਾ। ਸਭ ਤੋਂ ਪਹਿਲਾਂ ਤਾਂ ਇਹ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਨਮਸਤੇ, ਜੈ ਸ਼੍ਰੀ ਰਾਮ। ਅੱਜ ਭੋਲੇਨਾਥ ਦੀ ਪੱਤਰਕਾਰ ਭੋਲੇਨਾਥ ਜੀ ਦੀ ਯਾਦ ਦੇ ਵਿੱਚ ਇਹ ਜਿਹੜਾ ਸਮਾਗਮ ਕੀਤਾ ਗਿਆ, ਖੂਨਦਾਨ ਕੈਂਪ ਲਗਾਇਆ ਗਿਆ ਹੈਗਾ। ਸਭ ਤੋਂ ਪਹਿਲਾਂ ਤਾਂ ਮੈਂ ਭੋਲੇਨਾਥ ਜੀ ਨੂੰ ਸ਼ਰਧਾ ਫੁੱਲ ਭੇਂਟ ਕਰਦਾ ਆਪਣੇ ਵੱਲੋਂ। ਦੇਖੋ, ਖੂਨਦਾਨ ਕਰਨਾ ਇੱਕ ਸਭ ਤੋਂ ਵੱਡਾ ਦਾਨ ਹੈਗਾ। ਮੈਂ ਤਾਂ ਹਰ ਕਿਸੇ ਨੂੰ ਇਹੀ ਕਹੂੰਗਾ ਕਿ ਖੂਨਦਾਨ ਨਾਲ ਕਿਸੇ ਨਾ ਕਿਸੇ ਨੂੰ ਜੀਵਨ ਮਿਲਦਾ ਹੈਗਾ। ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈਗਾ। ਜਿਹੜੀ ਪੱਤਰਕਾਰ ਐਸੋਸੀਏਸ਼ਨ ਵੱਲੋਂ ਜਿਹੜਾ ਇਹ ਖੂਨਦਾਨ ਕੈਂਪ ਲਗਾਇਆ ਗਿਆ ਹੈ, ਮੈਂ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੈਗਾ ਅਤੇ ਉਹਨਾਂ ਦੀ ਤਾਰੀਫ ਵੀ ਕਰਦਾ ਹੈਗਾ ਕਿ ਉਹ ਹਰ ਸਾਲ ਇਹ ਕੈਂਪ ਲਗਾਉਂਦੇ ਹਨ। ਇਹ 18ਵਾਂ ਖੂਨਦਾਨ ਕੈਂਪ ਹੈਗਾ ਅਤੇ ਇਸੇ ਤਰ੍ਹਾਂ ਇਹ ਖੂਨਦਾਨ ਕੈਂਪ ਲਗਾਉਂਦੇ ਰਹਿਣਗੇ। ਇਹਨਾਂ ਨੂੰ ਜਿੱਥੇ ਮੇਰੀ ਲੋੜ ਹੋਏਗੀ ਮੈਂ ਇਹਨਾਂ ਦੇ ਮੁੰਡੇ ਨਾਲ ਮੁੰਡਾ ਲੈ ਖੜ੍ਹਾ ਰਹੂੰਗਾ। ਫਿਰ ਤੋਂ ਮੈਂ ਸਾਰੇ ਦੇਖ ਰਹੇ ਚੈਨਲ ਜਿਹੜੇ ਚੈਨਲ ਦੇਖ ਰਹੇ ਨੇ ਸਾਰੇ ਦਰਸ਼ਕ ਇਹ ਕਹੂੰਗਾ ਕਿ ਖੂਨਦਾਨ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਔਰ ਜ਼ਰੂਰ ਕਰਨ। ਇਹਦੇ ਨਾਲ ਕਿਸੇ ਦਾ ਕਿਸੇ ਨੂੰ ਜੀਵਨ ਮਿਲਦਾ ਹੈਗਾ। ਜੀਵਨਦਾਨ ਇੱਕ ਸਭ ਤੋਂ ਵੱਡਾ ਦਾਨ ਹੈ। ਆਪਣੇ ਜੀਵਨ ਦੇ ਵਿੱਚ ਹਮੇਸ਼ਾ ਇਹ ਖੂਨਦਾਨ ਕਰੋ। ਮੇਰੇ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਹੈਗੀ ਹੈ। ਬਹੁਤ ਬਹੁਤ ਧੰਨਵਾਦ। ਅੱਜ ਪ੍ਰੈਸ ਕਲੱਬ ਰਾਜਪੁਰਾ ਵੱਲੋਂ ਮਹਿਰੂਮ ਮਸੂਮ ਭੋਲਾ ਨਾਥ ਦੀ ਯਾਦ ਦੇ ਵਿੱਚ 18ਵਾਂ ਖੂਨਦਾਨ ਕੈਂਪ ਰੋਟਰੀ ਭਵਨ ਰਾਜਪੁਰਾ ਵਿਖੇ ਲਗਾਇਆ ਗਿਆ ਹੈ। ਪ੍ਰਧਾਨ ਜਗਨੰਦਨ ਗੁਪਤਾ ਦੀ ਦੇਖ ਰੇਖ ਵਿੱਚ ਸਾਡੇ ਸੈਂਕੜੇ ਡੋਨਰਾਂ ਨੇ ਇੱਥੇ ਪਹੁੰਚ ਕੇ ਹਾਜ਼ਰੀ ਲਗਵਾਈ ਹੈ। ਸੋ ਇੱਥੇ ਪਹੁੰਚਣ 'ਤੇ ਸਾਰੇ ਡੋਨਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਅਤੇ ਇਹ ਜਿਹੜਾ ਖੂਨਦਾਨ ਕੈਂਪ ਹੈ, 32 ਮੈਡੀਕਲ ਕਾਲਜ ਦੀ ਜਿਹੜੀ ਟੀਮ ਹੈ ਥੈਲੇਸੀਮੀਆ ਤੋਂ ਪੀੜਿਤ ਬੱਚਿਆਂ ਲਈ, ਜਿਹੜੇ ਕੈਂਸਰ ਦੇ ਗੰਭੀਰ ਮਰੀਜ਼ ਹੈ, ਡਿਲੀਵਰੀ ਕੇਸਾਂ ਲਈ ਅਤੇ ਐਕਸੀਡੈਂਟ ਕੇਸਾਂ ਦੇ ਵਿੱਚ ਇਹ ਜਾਨਾਂ ਬਚਾਉਣ ਦੇ ਵਿੱਚ ਬਹੁਤ ਸਹਾਈ ਹੋਊਗਾ। ਰਾਜਪੁਰੇ ਇਲਾਕੇ ਦੀਆਂ ਜਿੰਨੀਆਂ ਸੰਸਥਾਵਾਂ ਨੇ ਅਤੇ ਸਾਡੀ ਟੀਮ ਹੈ ਮਿਸ਼ਨ ਲਾਲੀ ਦੇ ਹਰਿਆਲੀ ਬਲੱਡ ਹੈਲਪਲਾਈਨ ਰਾਜਪੁਰਾ PB39D ਦੇ ਜਿਹੜੇ ਡੋਨਰ ਨੇ ਉਹਨਾਂ ਨੇ ਇੱਥੇ ਪਹੁੰਚ ਕੇ ਵੀ ਖੂਨਦਾਨ ਕੀਤਾ। ਜਿੰਨੇ ਰਾਜਪੁਰੇ ਦੀਆਂ ਨਾਮਵਰ ਸ਼ਖਸੀਅਤਾਂ ਨੇ, ਪੱਤਰਕਾਰ ਭਾਈਚਾਰਾ, ਉਹਨਾਂ ਦੇ ਸਾਰੇ ਵਲੰਟੀਅਰ ਨੇ ਇੱਥੇ ਪਹੁੰਚ ਕੇ ਜੋ ਖੂਨਦਾਨ ਕੀਤਾ। ਸੋ ਅਸੀਂ ਨਾ News89 ਮਾਧਿਅਮ ਦੇ ਰਾਹੀਂ ਇਹ ਅਪੀਲ ਕਰਨਾ ਚਾਹੁੰਦੇ ਹਾਂ ਤੁਹਾਡੇ ਚੈਨਲ ਦੇ ਰਾਹੀਂ ਪੰਜਾਬ ਸਰਕਾਰ ਨੂੰ ਕਿ ਪੰਜਾਬ ਦੇ ਵਿੱਚ ਇਸ ਸਮੇਂ 4 ਲੱਖ ਬਲੱਡ ਡੋਨਰਜ ਨੇ ਜਿਹੜੇ ਖੂਨਦਾਨ ਕਰਕੇ ਕੀਮਤੀਆਂ ਜਾਨਾਂ ਬਚਾਉਂਦੇ ਨੇ। ਬਲੱਡ ਡੋਨਰਜ ਵੈਲਫੇਅਰ ਬੋਰਡ ਦਾ ਜਿਹੜਾ ਗਠਨ ਹੈ ਪੰਜਾਬ ਸਰਕਾਰ ਉਹ ਕਰੇ ਤਾਂ ਕਿ ਖੂਨਦਾਨੀਆਂ ਦਾ ਜਿਹੜਾ ਭਲਾਈ ਦਾ ਬੋਰਡ ਹੈ ਉਹਦਾ ਗਠਨ ਕੀਤਾ ਜਾ ਸਕੇ ਅਤੇ ਸਮਾਂ ਰਹਿੰਦੇ ਕੀਮਤੀਆਂ ਜਾਨਾਂ ਨੂੰ ਬਚਾਇਆ ਜਾ ਸਕੇ। ਧੰਨਵਾਦ। ਸੋ ਜਿਵੇਂ ਕਿ ਤੁਹਾਨੂੰ ਇਹ ਕੈਂਪ ਦੀ ਝਲਕੀਆਂ ਦਿਖਾਈਆਂ, ਇਸ ਕੈਂਪ ਦਾ ਦੌਰਾ ਕਰਾਇਆ ਅਤੇ ਰਾਜਨੀਤਿਕ ਲੋਕ ਅਤੇ ਆਮ ਲੋਕਾਂ ਨਾਲ ਗੱਲ ਕਰਾਈ ਹੈ, ਤੁਹਾਨੂੰ ਇਹ ਕੈਂਪ ਕਿਸ ਤਰ੍ਹਾਂ ਦਾ ਲੱਗਿਆ? ਇਹੋ ਜਿਹੇ ਕੈਂਪ ਲੱਗਣੇ ਚਾਹੀਦੇ ਹੈ। ਸੋ ਤੁਸੀਂ, ਤੁਹਾਨੂੰ ਇੱਕ ਹੋਰ ਜੋੜੇ ਨਾਲ ਮਿਲਾਉਂਦੇ ਹਾਂ, ਨਵਾਂ ਜੋੜਾ ਦਸੰਬਰ ਦੇ ਵਿੱਚ ਵਿਆਹ ਹੈ ਅਤੇ NRI ਇਹ ਦੱਸੇ ਜਾ ਰਹੇ ਹੈ।
ਜਿਨ੍ਹਾਂ ਨੇ ਸਪੈਸ਼ਲ ਇਸ ਕੈਂਪ ਦੇ ਵਿੱਚ ਆ ਕੇ ਹਿੱਸਾ ਵੀ ਲਿੱਤਾ ਅਤੇ ਖੂਨ ਵੀ ਜਿਹੜਾ ਹੈ ਉਹ ਦਾਨ ਕੀਤਾ। ਸੋ ਆਓ ਤੁਹਾਨੂੰ ਸਪੈਸ਼ਲ ਇਹਨਾਂ ਨਾਲ ਗੱਲਬਾਤ ਕਰਾਉਂਦੇ ਹਾਂ। ਸੋ ਰਾਜਪੁਰਾ ਪ੍ਰੈਸ ਕਲੱਬ ਦੇ ਬਲੱਡ ਕੈਂਪ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਅਤੇ ਉਰੇ ਇੱਕ ਦੇਖਣ ਦੀ ਚੀਜ਼ ਇਹ ਆਈ ਹੈ ਕਿ ਨਵਾਂ ਜੋੜਾ ਜਿਹੜਾ ਹੈ ਉਰੇ ਬਲੱਡ ਦੇਣ ਵਾਸਤੇ ਇਸ ਟਾਈਮ ਮੌਜੂਦ ਹੈ। ਦਸੰਬਰ ਦੇ ਵਿੱਚ ਵਿਆਹ ਹੋਇਆ, ਪੂਰਾ ਪਰਿਵਾਰ ਜਿਹੜਾ ਹੈ ਮਿਲ ਕੇ ਜਿਹੜਾ ਹੈ ਬਲੱਡ ਦੇ ਰਿਹਾ ਅਤੇ ਲੋਕਾਂ ਨੂੰ ਇੱਕ ਨਸੀਹਤ ਦੇਣ ਦੀ ਕੋਸ਼ਿਸ਼ ਕਰ ਰਿਹਾ ਕਿ ਬਲੱਡ ਦੇਣਾ ਬਹੁਤ ਹੀ ਜ਼ਰੂਰੀ ਹੈ। ਕੀ ਕਹਿਣਾ ਚਾਹੋਗੇ ਭਾਅ ਜੀ, ਹੁਣ ਤੁਹਾਡਾ ਦਸੰਬਰ ਦੇ ਵਿੱਚ ਮੈਂ ਸੁਣਿਆ ਵਿਆਹ ਹੋਇਆ? ਹਾਂਜੀ ਹਾਂਜੀ। ਪੂਰੇ ਪਰਿਵਾਰ ਦੇ ਨਾਲ ਜਿਹੜਾ ਬਲੱਡ ਦੇਣ ਵਾਸਤੇ ਉਹਨਾਂ ਨੇ, ਤੁਸੀਂ ਕੈਨੇਡਾ ਯੂ ਬਾਹਰੋਂ ਆਏ? ਹਾਂਜੀ ਹਾਂਜੀ, ਯੂ ਐਸ ਕਹਿਣਾ ਚਾਹੋਗੇ? ਮੇਰੇ ਖਿਆਲ ਸਾਰਿਆਂ ਨੂੰ ਬਲੱਡ ਦੇਣਾ ਚਾਹੀਦਾ, ਵਧੀਆ ਚੀਜ਼ ਆ, ਦਾਨ ਦਾ ਇੱਕ ਰਸਤਾ ਹੈ, ਠੀਕ ਹੈ ਨਾ, ਅਤੇ ਹੈਲਪ ਹੋ ਸਕਦੀ ਆ ਜਿਹੜੇ ਲੋਕ ਜ਼ਰੂਰਤਮੰਦ ਨੇ, ਜਿਨ੍ਹਾਂ ਨੂੰ ਖੂਨ ਦੀ ਜ਼ਰੂਰਤ ਆ ਉਹਨਾਂ ਨੂੰ ਖੂਨ ਦੇਣਾ ਚਾਹੀਦਾ। ਅਤੇ ਇੰਡੀਆ 'ਚ ਇਸ ਤਰ੍ਹਾਂ ਕਿ ਬਾਹਰ ਵੀ ਇਸ ਤਰ੍ਹਾਂ ਹੀ ਚੱਲਦਾ ਕੈਂਪ ਲੱਗਦੇ ਆ ਬਾਹਰ? ਨਹੀਂ ਨਹੀਂ, ਇਹ ਇੰਡੀਆ ਦੇ ਵਿੱਚ ਇਹ ਚੀਜ਼ ਬਾਹਰ ਨਹੀਂ ਲੱਗਦੀ। ਹਾਂਜੀ। ਅਤੇ ਕਿਵੇਂ ਤਾਂ ਮਹਿਸੂਸ ਹੋ ਰਿਹਾ ਅੱਜ ਪਰਿਵਾਰ ਦੇ ਨਾਲ ਆ ਕੇ ਬਲੱਡ ਆਪਾਂ ਦੇ ਰਹੇ ਹਾਂ, ਕਿੰਨਾ ਕੁ ਮਨ ਨੂੰ ਸ਼ਾਂਤੀ ਮਿਲ ਰਹੀ ਹੈ? ਬਹੁਤ ਵਧੀਆ ਮਹਿਸੂਸ ਹੋ ਰਿਹਾ। ਹਾਂਜੀ ਹਾਂਜੀ, ਕਿਉਂਕਿ ਇੱਕ ਦਾਨ ਕਰਨ ਦਾ ਵਧੀਆ ਤਰੀਕਾ, ਠੀਕ ਹੈ ਨਾ, ਇਹ ਚੀਜ਼ ਕਿਸੇ ਨਾ ਕਿਸੇ, ਜਿਹਦਾ ਵੀ ਮੰਨ ਲਓ ਕਿਸੇ ਦਾ ਐਕਸੀਡੈਂਟ ਹੋਇਆ ਜਾਂ ਕਿਸੇ ਨੂੰ ਜ਼ਰੂਰਤ ਆ ਕਿਸੇ ਦੀ ਫੈਮਿਲੀ 'ਚ, ਠੀਕ ਹੈ ਨਾ, ਉਹਨੂੰ ਆਪਾਂ ਡੋਨੇਟ ਕਰ ਸਕਦੇ ਹਾਂ ਬਲੱਡ। ਠੀਕ ਹੈ। ਹਾਂਜੀ। ਸੋ ਗੱਲ ਕਰ ਲੈਂਦੇ ਹਾਂ, ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਵਿਆਹ ਤੋਂ ਬਾਅਦ, ਤੁਸੀਂ ਆਏ ਹੋ ਅੱਜ ਬਲੱਡ ਕੈਂਪ ਦੇ ਵਿੱਚ ਆਉਣ ਦਾ ਮੌਕਾ ਮਿਲਿਆ? ਹਾਂਜੀ। ਤੇ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਫੀਲ ਹੋ ਰਿਹਾ ਮੈਨੂੰ, ਵਧੀਆ ਫੀਲ ਹੋ ਰਿਹਾ ਵੀ ਹਾਂ, ਹੈ ਨਾ, ਲੋਕਾਂ ਦੀ ਹੈਲਪ ਹੋ ਰਹੀ ਆ, ਜਿਨ੍ਹਾਂ ਨੂੰ ਬਲੱਡ ਦੀ ਨੀਡ ਹੈ ਉਹਨਾਂ ਨੂੰ ਬਲੱਡ ਮਿਲ ਰਿਹਾ ਹੈ, ਬਹੁਤ ਵਧੀਆ ਫੀਲ ਹੋ ਰਿਹਾ। ਠੀਕ ਹੈ ਜੀ। ਸੋ ਤੁਸੀਂ ਦੇਖ ਪਾ ਰਹੇ ਹੋ ਕਿ ਨਵਾਂ ਜੋੜਾ ਜਿਹੜਾ ਹੈ ਉਰੇ ਅੱਜ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਜਿਹੜਾ ਹੈ ਖੂਨਦਾਨ ਜਿਹੜਾ ਹੈਗਾ ਕਰਨ ਆਏ ਆ, ਅਤੇ ਕਹਿੰਦੇ ਬਹੁਤ ਜਿਹੜੀ ਹੈ ਮਨ ਨੂੰ ਜਿਹੜੀ ਖੁਸ਼ੀ ਮਿਲਦੀ ਹੈ, ਬਲੱਡ ਦੇਣਾ ਜ਼ਰੂਰੀ ਹੈ। ਸੋ ਲਗਾਤਾਰ ਤੁਹਾਨੂੰ ਪ੍ਰੈਸ ਕਲੱਬ ਰਾਜਪੁਰਾ ਵੱਲੋਂ ਲਗਾਇਆ ਗਿਆ ਕੈਂਪ ਦੇ ਝਲਕੀਆਂ ਅਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ। ਸੋ ਜਿਵੇਂ ਕਿ ਦੇਖਿਆ ਕਿ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਇਸ ਕੈਂਪ ਦੇ ਵਿੱਚ, ਅਤੇ ਕਾਫੀ ਵੱਧ ਚੜ੍ਹ ਕੇ ਲੋਕਾਂ ਨੇ ਇਹ ਖੂਨਦਾਨ ਜਿਹੜਾ ਹੈ ਇਸ ਕੈਂਪ ਦੇ ਵਿੱਚ ਦਿੱਤਾ। ਤੁਹਾਨੂੰ ਇਹ ਕੈਂਪ ਕਿਸ ਤਰ੍ਹਾਂ ਦਾ ਲੱਗਿਆ ਆਪਣੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਨਾ, ਅਤੇ ਲਾਸਟ ਦੇ ਵਿੱਚ ਮੈਂ ਉਹੀ ਕਹਾਂਗਾ ਕਿ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਸਾਡਾ ਹੌਸਲਾ ਵੱਧਦਾ, ਅਸੀਂ ਤਾਂ ਹੀ ਸ਼ਹਿਰ ਦੀਆਂ ਹੋਰ ਵੀ ਜਿਹੜੀਆਂ ਖਬਰਾਂ ਤੁਹਾਡੇ ਤੱਕ ਲੈ ਕੇ ਆਈਏ। ਫਿਲਹਾਲ ਤੁਸੀਂ ਸੰਦੀਪ ਚੌਧਰੀ ਨੂੰ ਦਿਓ ਇਜਾਜ਼ਤ, ਆਪਾਂ ਫੇਰ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ। ਧੰਨਵਾਦ ਜੀ। ਨਿਊਜ਼ 89 ਪੰਜਾਬ, ਹਰ ਖਬਰ ਜਿਸਦਾ ਹੋਵੇ ਅਸਰ।